ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਆ ਤੇ ਮੈਂ ਹਾਂ ਰਮਨ ਦਿਵਸ ਅੱਜ ਅਸੀਂ ਗੱਲ ਕਰਾਂਗੇ ਮੌਨਟੀ ਸਾਈਕਲ ਹੁਣਾ ਨਾਲ ਜੋ ਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਹਨ ਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਆਂ ਵੀ ਅੱਜ ਦੇ ਜਿਹੜਾ ਪੰਜਾਬ ਸਰਕਾਰ ਵੱਲੋਂ ਵੈਟ ਘਟਾਇਆ ਗਿਆ ਤੇ ਉਹ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਆਪਾਂ ਗੱਲ ਕਰਦੇ ਆਂ ਮੌਨਟੀ ਸਾਈਕਲ ਹੁਣਾ ਨਾਲ ਅ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਪੈਟਰੋਲ ਤੇ ਪੰਜਾਬ ਸਰਕਾਰ ਨੇ ਅੱਜ 10 ਰੁਪਏ ਲੀਟਰ ਵੈਟ ਘਟਾਇਆ ਅਸੀਂ ਉਸ ਡਿਸੀਜਨ ਦਾ ਸਵਾਗਤ ਕਰਦੇ ਆ ਹਾਲਾਂਕਿ ਸਾਡੇ ਸਟਾਕਸ ਕਾਫੀ ਪਏ ਹੋਏ ਸੀ ਪੰਪਾਂ ਵਾਲਿਆਂ ਕੋਲ ਔਰ ਕਾਫੀ ਲਾਸਸ ਸਾਨੂੰ ਬੀਅਰ ਕਰਨੇ ਪੈਣਗੇ ਸਵੇਰੇ ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪ ਹੀ ਬੜੀ ਧੀਰ ਤੋਂ ਇਹ ਡਿਮਾਂਡ ਕਰ ਰਹੇ ਸੀ ਕਿ ਵੀ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦੇ ਇਹਨੇ ਵਧਨ ਨਾਲ ਇਹਨਾਂ ਰੇਟ ਵਧਨ ਨਾਲ ਸਾਡੇ ਇਸ ਟ੍ਰੇਡ ਨੂੰ ਬੜੇ ਲਾਸਸ ਹੋ ਰਹੇ ਸੀ ਸੋ ਅਸੀਂ ਵੈਲਕਮ ਕਰਦੇ ਹਾਂ ਕੇਂਦਰ ਸਰਕਾਰ ਦੇ ਡਿਸੀਜਨ ਦਾ ਵੀ ਔਰ ਪੰਜਾਬ ਸਰਕਾਰ ਦੇ ਡਿਸੀਜਨ ਦਾ ਵੀ ਕਿ ਉਹਨਾਂ ਨੇ 10 ਰੁਪਏ ਲੀਟਰ ਪੈਟਰੋਲ ਤੇ ਵੈਟ ਘਟਾਇਆ ਲੇਕਿਨ ਜਿਹੜਾ ਡੀਜ਼ਲ ਤੇ ਉਹਨਾਂ ਨੇ 5 ਰੁਪਏ ਲੀਟਰ ਵੈਟ ਘਟਾਇਆ ਉਹ ਇੱਕ ਹਾਫ ਹਾਰਟਡ ਅਟੈਂਪਟ ਲੱਗ ਰਹੀ ਹੈ ਸਾਨੂੰ ਕਿਉਂਕਿ ਸਾਡੀ ਡਿਮਾਂਡ ਰਹੀ ਸੀ ਕਿ ਪੰਜਾਬ ਦੇ ਜਿਹੜੇ ਪੈਟਰੋਲ ਪੰਪ ਨੇ ਉਹ ਬਹੁਤ ਸਮੇਂ ਤੋਂ ਇਸ ਚੀਜ਼ ਨੂੰ ਡਿਮਾਂਡ ਕਰ ਰਹੇ ਸੀਗੇ ਕਿ ਸਾਡੇ ਜਿਹੜਾ ਡੀਜ਼ਲ ਹੈ ਪੰਜਾਬ ਦਾ ਉਹ ਗੁਆਣੀ ਸੂਬਿਆਂ ਨਾਲੋਂ ਮਹਿੰਗਾ ਵਿਕਦਾ ਔਰ ਉਹਦੇ ਮਹਿੰਗੇ ਹੋਣ ਕਰਕੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਮਗਲਿੰਗ ਹੋ ਕੇ ਗੁਆਣੀ ਸੂਬਿਆਂ ਤੋਂ ਤੇਲ ਆ ਰਿਹਾ ਔਰ ਅਸੀਂ ਚਾਹੁੰਦੇ ਸੀਗੇ ਵੀ ਘੱਟੋ ਘੱਟ 10 ਰੁਪਏ ਲੀਟਰ ਵੈਸੇ ਤਾਂ ਸਾਡੀ ਡਿਮਾਂਡ ਸੀ ਵੀ 12 ਰੁਪਏ ਲੀਟਰ ਘਟਾਇਆ ਜਾਵੇ ਤਾਂ ਕਿ ਪੰਜਾਬ ਜਿਹੜਾ ਹੈ ਨਾਰਥਰਨ ਸਟੇਟ ਦੇ ਵਿੱਚ ਸਾਰਿਆਂ ਨਾਲੋਂ ਸਸਤਾ ਹੋ ਜਾਵੇ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ 5 ਰੁਪਏ ਲੀਟਰ ਘਟਾਇਆ ਉਦੇ ਨਾਲ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਟਰਾਂਸਪੋਰਟਰਸ ਨੇ ਜਾਂ ਐਗਰੀਕਲਚਰਿਸਟ ਨੇ ਜਾਂ ਫਿਰ ਜਿੰਨੀ ਇੰਡਸਟਰੀ ਹੈ ਔਰ ਸਾਡੀ ਪੈਟਰੋਲੀਅਮ ਡੀਲਰ ਫਰਟਰਨਿਟੀ ਹੈ ਉਹਨਾਂ ਨੂੰ ਕੋ ਬਹੁਤ ਫਾਇਦਾ ਨਹੀਂ ਹੋਇਆ ਔਰ ਮੈਂ ਉਮੀਦ ਕਰਦਾ ਵੀ ਚੰਨੀ ਸਾਹਿਬ ਇਸ ਚੀਜ਼ ਤੇ ਵੀ ਇੱਕ ਵਾਰੀ ਵਿਚਾਰ ਕਰਨ ਦੁਬਾਰਾ बिकॉज़ ਜਿਸ ਤਰੀਕੇ ਨਾਲ ਚੰਨੀ ਸਾਹਿਬ ਨੇ ਇੱਕ ਬੜੇ ਇਤਿਹਾਸਿਕ ਫੈਸਲੇ ਲਏ ਔਰ ਬਿਜਲੀ ਪੰਜਾਬ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਪੂਰੇ ਹਿੰਦੁਸਤਾਨ ਨਾਲੋਂ ਸਸਤੀ ਕੀਤੀ ਹੈ ਤਾਂ ਅਸੀਂ ਇਹ ਚਾਹੁੰਦੇ ਸੀਗੇ ਵੀ ਪੰਜਾਬ ਦਾ ਡੀਜ਼ਲ ਵੀ ਜੋ ਕਿ ਪਹਿਲਾਂ ਸੰ 2012-13 ਤੱਕ ਪੰਜਾਬ ਦੇ ਵਿੱਚ ਡੀਜ਼ਲ ਜਿਹੜਾ ਸੀ ਪੂਰੇ ਹਿੰਦੁਸਤਾਨ 'ਚ ਸਭ ਤੋਂ ਸਸਤਾ ਸੀ ਔਰ ਅੱਜ ਵੀ ਅਗਰ ਆ ਚਾਹੁੰਦੇ ਤੇ ਹਿੰਦੁਸਤਾਨ 'ਚ ਸਭ ਤੋਂ ਸਸਤਾ ਪੈਟਰੋਲ ਡੀਜ਼ਲ ਵੀ ਕੀਤਾ ਜਾ ਸਕਦਾ ਸੀਗਾ ਤੋਂ ਮੈਂ ਸਮਝਦਾ ਵੀ ਜਿਹੜਾ ਪੈਟਰੋਲ ਨੂੰ ਘਟਾ ਕੇ ਵੈਟ ਇਹਨਾਂ ਨੇ ਲੋਕਾਂ ਨੂੰ ਜਿਹੜੀ ਰਾਹਤ ਦਿੱਤੀ ਹੈ ਉਹ ਬਹੁਤ ਹੀ ਛਲਾਗਾ ਯੋਗ ਔਰ ਬਹੁਤ ਹੀ ਵੈਲਕਮ ਸਟੈਪ ਹੈ ਲੇਕਿਨ ਡੀਜ਼ਲ ਦੇ ਪ੍ਰਤੀ ਇਹਨਾਂ ਦੀ ਜਿਹੜੀ ਬੇਰੁਖੀ ਹੈ ਉਹ ਕਿਤੇ ਨਾ ਕਿਤੇ ਸਾਰੇ ਹੀ ਪੰਜਾਬ ਨੂੰ ਖਾਸ ਤੌਰ ਤੇ ਫਾਰਮਰਸ ਨੂੰ ਔਰ ਟਰਾਂਸਪੋਰਟਰ ਦਾ ਇੰਡਸਟਰੀ ਨੂੰ ਔਰ ਸਾਡੇ ਪੈਟਰੋਲੀਅਮ ਡੀਲਰਸ ਨੂੰ ਉਹਦੇ ਨਾਲ ਕੋਈ ਬਹੁਤੀ ਖੁਸ਼ੀ ਨਹੀਂ ਹੋਈ ਜਿਹੜਾ ਡੀਲਰ ਐਸੋਸੀਏਸ਼ਨ ਤੁਹਾਡੀ ਪੰਜਾਬ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਵੀ 7 ਤਰੀਕ ਤੋਂ ਤੁਸੀਂ 5 ਵਜੇ ਤੱਕ 5 ਵਜੇ ਤੋਂ ਪੈਟਰੋਲ ਪੰਪ ਬੰਦ ਕਰ ਦਿੱਤੇ ਜਾਣਗੇ ਉਹਦੇ ਬਾਰੇ ਉਸ ਬੰਦ ਬਾਰੇ ਤੁਹਾਡਾ ਕੀ ਹੈ ਕਿਉਂਕਿ ਅੱਜ 6 ਤਰੀਕ ਹੈ ਤੇ ਕੱਲ 7 ਹੈਗੀ ਹੈ ਦੇਖੋ ਇਸ ਤਰ੍ਹਾਂ ਹੈ ਵੀ ਅਸੀਂ ਬੇਸਿਕਲੀ ਸਾਡੀ ਇਹ ਜਿਹੜੀ ਡਿਮਾਂਡ ਸੀਗੀ ਅਸੀਂ ਇਹ ਡਿਸੀਜਨ ਲਿਆ ਸੀ ਕਿ ਅਸੀਂ 7 ਵਜੇ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ ਬਾਅਦ ਸ਼ਾਮ ਨੂੰ ਪੈਟਰੋਲ ਪੰਪ ਆਪਰੇਟ ਨਹੀਂ ਕਰਾਂਗੇ ਉਹਦਾ ਬੇਸਿਕ ਰੀਜ਼ਨ ਇਹ ਸੀਗਾ ਵੀ ਮਹਿੰਗਾਈ ਬਹੁਤ ਹੋ ਗਈ ਸੀ ਔਰ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਸੀ ਸਾਡੇ ਇਹ ਰਿਕੁਆਇਰਮੈਂਟ ਜਿਹੜੀ ਬਣ ਗਈ ਸੀ ਮਜਬੂਰੀ ਸੀ ਕਿਉਂਕਿ ਕਾਸਟ ਕਟਿੰਗ ਕਰਨਾ ਚਾਹੁੰਦੇ ਸੀ ਇਹ ਖਰਚੇ ਘਟਾਉਣਾ ਚਾਹੁੰਦੇ ਸੀਗੇ ਸਾਡੇ ਕਮਿਸ਼ਨ ਜਿਹੜੀ ਹੈ ਪਿਛਲੇ ਲਗਭਗ 4 ਸਾਲ ਤੋਂ ਵਧੀ ਨਹੀਂ ਸਾਡਾ ਮਾਰਜਨ ਸੋ ਕਿਤੇ ਨਾ ਕਿਤੇ ਸਾਡੇ ਜਿਹੜੇ ਮਾਰਜਿਨਸ ਨੇ ਸਕਵੀਜ਼ ਕਰ ਗਏ ਔਰ ਤੇਲ ਮਹਿੰਗਾ ਹੋਣ ਕਰਕੇ ਸਾਨੂੰ ਨੁਕਸਾਨ ਬਹੁਤ ਹੋ ਰਿਆ ਸੀਗਾ ਸਾਡੀ ਵੋਲਿਊਮ ਘਟ ਰਹੀ ਸੀ ਕਿਉਂਕਿ ਲਾਸਟ ਈਅਰ ਤੁਸੀਂ ਇਹ ਦੇਖੋ ਵੀ ਜੇ 2000 ਰੁਪਏ ਦਾ ਤੁਸੀਂ ਸਾਡੇ ਤੋਂ ਪੈਟਰੋਲ ਲੈਂਦੇ ਸੀ ਤੇ 28 ਤੋਂ 29 ਲੀਟਰ ਤੁਹਾਨੂੰ ਪੈਟਰੋਲ ਮਿਲਦਾ ਸੀ ਔਰ ਅੱਜ ਦੀ ਡੇਟ ਦੇ ਵਿੱਚ ਜਿੱਦਾਂ 100 ਰੁਪਏ ਲੀਟਰ ਤੋਂ ਉੱਪਰ ਤੇਲ ਚਲਾ ਗਿਆ ਤੇ 2000 ਰੁਪਏ ਚ ਵੀ ਲੀਟਰ ਵੀ ਤੇਲ ਨਹੀਂ ਆ ਰਿਹਾ ਸੀ ਤਾਂ ਤੁਸੀਂ ਇਹ ਸਮਝ ਕੇ ਚੱਲੋ ਵੀ ਹਰ 2000 ਰੁਪਏ ਪਿੱਛੇ ਸਾਨੂੰ 8 ਤੋਂ 9 ਲੀਟਰ ਦਾ ਨੁਕਸਾਨ ਹੋ ਰਿਹਾ ਸੀਗਾ ਸੋ ਉਸ ਨੁਕਸਾਨ ਨੂੰ ਕਵਰ ਅਪ ਕਰਨ ਵਾਸਤੇ ਅਸੀਂ ਇਹ ਵਿਚਾਰ ਕੀਤਾ ਸੀ ਪੂਰੇ ਪੰਜਾਬ ਦੇ ਡੀਲਰਸ ਨੇ ਵੀ ਅਸੀਂ ਆਪਣੇ ਪੰਪਾਂ ਨੂੰ ਸ਼ਾਮ ਦੇ ਟਾਈਮ ਬੰਦ ਕਰਕੇ ਇੱਕ ਸ਼ਿਫਟ ਦੇ ਵਿੱਚ ਰਾਈਏ ਤਾਂ ਕਿ ਆਪਣੇ ਅਸੀਂ ਖਰਚਿਆਂ ਨੂੰ ਕੰਟਰੋਲ ਕਰ ਸਕੀਏ ਲੇਕਿਨ ਮੈਂ ਹੁਣ ਤੁਹਾਨੂੰ ਦੱਸਣਾ ਚਾਹਨਾ ਔਰ ਪੰਜਾਬ ਦੇ ਸਾਰੇ ਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੀ ਐਗਜ਼ੈਕਟਿਵ ਨੇ ਇਹ ਡਿਸੀਜਨ ਲਿਆ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਵੀ ਰੇਟ ਘਟਾਏ ਹੈ ਔਰ ਪੰਜਾਬ ਗਵਰਨਮੈਂਟ ਨੇ ਵੀ ਰੇਟ ਘਟਾਏ ਹੈ ਤਾਂ ਅਸੀਂ ਆਪਣੀ ਜਿਹੜੀ ਸਟ੍ਰਾਈਕ ਸੀ ਉਹ ਵਾਪਸ ਲੈ ਲਈ ਹੈ ਹੁਣ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਤਕਲੀਫ ਨਹੀਂ ਆਏਗੀ ਕਾਫੀ ਰੇਟ ਦੇ ਤੇਲ ਦਾ ਵਿੱਚ ਰੇਟ ਦੇ ਵਿੱਚ ਕਾਫੀ ਕਮੀ ਆਈ ਹੈ ਔਰ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੇਲ ਦੇ ਰੇਟ ਘਟਣ ਸੋ ਥੈਟ ਕੰਜ਼ਿਊਮਰ ਨੂੰ ਵੀ ਬੈਨੀਫਿਟ ਹੋਵੇ ਔਰ ਸਾਡੇ ਵੀ ਪ੍ਰੋਫਿਟਸ ਜਿਹੜੇ ਨੇ ਉਹ ਨਾਰਮਲ ਹੋ ਜਾਣ ਇਹ ਜਿਹੜਾ ਅ ਪੰਜਾਬ ਸਰਕਾਰ ਵੱਲੋਂ ਜਿਹੜਾ ਰੇਟ ਘਟਾਇਆ ਗਿਆ ਤੇਲ ਦਾ ਇਹਦਾ ਤੁਹਾਡੇ ਪੰਪਾਂ ਤੇ ਕਿੰਨਾ ਕੁ ਤੁਹਾਨੂੰ ਨਫਾ ਜਾਂ ਨੁਕਸਾਨ ਹੋ ਸਕਦਾ ਹੈ ਦੇਖੋ ਨੁਕਸਾਨ ਨਫਾ ਦੀ ਗੱਲ ਨਹੀਂ ਹੈ ਸਾਡੇ ਨੁਕਸਾਨ ਹੀ ਹੋਏ ਆ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਅਚੰਚੇਤ ਐਕਸਾਈਜ਼ ਡਿਊਟੀ ਘਟਾਈ ਤੇ ਕੁਝ ਪੰਪਾਂ ਤੇ ਤੇ ਤੁਸੀਂ ਇਹ ਸਮਝ ਕੇ ਚਲੋ ਐਵਰੇਜ 5 ਲੱਖ ਤੋਂ ਲੈ ਕੇ 14-15 ਲੱਖ ਤੱਕ ਸਾਡੇ ਆਮ ਤੌਰ ਤੇ ਪੰਪਨ ਦਾ ਨੁਕਸਾਨ ਹੋਇਆ ਜ਼ਰੂਰ ਹੈ ਕਿਉਂਕਿ ਸਟਾਕ ਸਾਡੇ ਕੋਲ ਆਲਰੇਡੀ ਸੀਗਾ ਤਿਹਾਰ ਦਾ ਸੀਜ਼ਨ ਸੀ ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਪੰਪਾਂ ਤੇ ਵੀ ਸਟਾਕ ਨੂੰ ਫੁੱਲ ਕਰਕੇ ਰੱਖਣਾ ਹੁੰਦਾ ਤੇ ਕਈਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਕਿਸੇ ਕਿਸੇ ਵੱਡੇ ਆਊਟਲੈਟ ਨੂੰ ਜਿਹੜੇ ਜਿਨ੍ਹਾਂ ਦੇ ਕੋਲ ਖਾਸ ਤੌਰ ਤੇ ਜਿਹੜੇ ਸਾਡੇ ਆਊਟਸਾਈਡ ਜਿਹੜੇ ਹੈਗੇ ਆ ਸੂਬੇ ਔਰ ਯਾ ਵੱਡੇ ਸ਼ਹਿਰ ਨੇ ਜਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਪੰਪ ਸੀਗੇ ਉਹਨਾਂ ਨੂੰ ਤਾਂ 20-20 25-25 ਲੱਖ ਰੁਪਏ ਦਾ ਨੁਕਸਾਨ ਜ਼ਰੂਰ ਹੋਇਆ ਲੇਕਿਨ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਹੀ ਇਹ ਡਿਮਾਂਡ ਕੀਤੀ ਸੀ ਗਵਰਨਮੈਂਟ ਤੋਂ ਕਿ ਵੀ ਤੁਸੀਂ ਰੇਟ ਘਟਾਓ ਕਿਉਂਕਿ ਮਹਿੰਗਾ ਤੇਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਾਡੇ ਪ੍ਰੋਫਿਟਸ ਨੂੰ ਬਹੁਤ ਇਫੈਕਟ ਕਰ ਰਿਹਾ ਸੀ ਤੋਂ ਅਸੀਂ ਸਮਝਦੇ ਹਾਂ ਕਿ ਜੋ ਨੁਕਸਾਨ ਹੋਇਆ ਉਹ ਸਿਰ ਮੱਥੇ ਪਰਮਾਤਮਾ ਨੇ ਜੇ ਪਿਛਲੇ 1.5 ਸਾਲ ਦੇ ਵਿੱਚ ਰੇਟ ਵਧੇ ਸੀਗੇ ਤਾਂ ਕਿਤੇ ਨਾ ਕਿਤੇ ਉਹਨੂੰ ਪੰਪਨਸੇਟ ਕੀਤਾ ਗਵਰਨਮੈਂਟ ਨੇ ਤਾਂ ਅਸੀਂ ਸਮਝਦੇ ਹਾਂ ਵੀ ਕੋਈ ਐਸੀ ਗੱਲ ਨਹੀਂ ਅਸੀਂ ਆਪਣੇ ਸਾਡੇ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਆਉਣ ਵਾਲੇ ਸਮਾਂ ਦੇ ਵਿੱਚ ਹੋ ਜਾਏਗੀ ਲੇਕਿਨ ਮੈਂ ਕਹਿੰਨਾ ਵੀ ਜੋ ਡਿਸੀਜਨ ਗਵਰਨਮੈਂਟ ਆਫ ਪੰਜਾਬ ਜਾਂ ਗਵਰਨਮੈਂਟ ਆਫ ਇੰਡੀਆ ਨੇ ਲਿਆ ਤੇਲ ਦੀਆਂ ਕੀਮਤਾਂ ਘਟਾ ਕੇ ਇੱਕ ਅੱਛਾ ਕਦਮ ਹੈ ਸੈਂਟਰਲ ਗਵਰਨਮੈਂਟ ਨੇ ਪਹਿਲ ਕੀਤੀ ਸੀ ਪੰਜਾਬ ਗਵਰਨਮੈਂਟ ਨੇ ਵੀ ਉਹਨੂੰ ਫਾਲੋ ਕੀਤਾ ਪਰ ਇਹ ਹੈ ਕਿ ਹਾਂ ਡੀਜ਼ਲ ਦੇ ਉੱਪਰ ਅਗਰ 10 ਰੁਪਏ ਲੀਟਰ ਘੱਟੋ-ਘੱਟ ਘਟਾਇਆ ਜਾਂਦਾ ਤੇ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨਾਲ ਔਰ ਪੰਜਾਬ ਦੀ ਜਿੰਨੀ ਜਨਤਾ ਜੋ ਕਿ ਖਾਸ ਤੌਰ ਤੇ ਚੰਨੀ ਸਾਹਿਬ ਵੱਲ ਬੜੀ ਉਮੀਦ ਦੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਾ ਵੀ ਸਾਡੇ ਨਾਲ ਜਸਟੀਫਿਕੇਸ਼ਨ ਨਹੀਂ ਹੋਈ ਹੈ ਔਰ ਮੈਂ ਉਮੀਦ ਕਰਦਾ ਵੀ ਜੇ ਚੰਨੀ ਸਾਹਿਬ ਤੁਹਾਡਾ ਚੈਨਲ ਦੇਖ ਰਹੇ ਹੋਣ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਘੱਟੋ-ਘੱਟ 10 ਰੁਪਏ ਲੀਟਰ ਡੀਜ਼ਲ ਦੇ ਘਟਾ ਲਓ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਵੀ ਤੁਹਾਡਾ ਮਾਲੀਆ ਘਟੇਗਾ ਨਹੀਂ ਵਧੇਗਾ ਕਿਉਂਕਿ ਅੱਜ ਦੀ ਰੇਟ ਦੇ ਵਿੱਚ 400 ਤੋਂ ਲੈ ਕੇ 1000 ਕਰੋੜ ਰੁਪਏ ਤੱਕ ਦਾ ਚੂਨਾ ਜਿਹੜਾ ਆ ਪੰਜਾਬ ਸਰਕਾਰ ਨੂੰ ਮਾਫੀਆ ਲਗਾ ਰਿਹਾ ਹੈ ਗਵਾਂਡੀ ਸੂਬਿਆਂ ਤੋਂ ਤੇਲ ਲਿਆ ਕੇ ਖਾਸ ਤੌਰ ਤੇ ਡੀਜ਼ਲ ਕਿਉਂਕਿ ਦੇਖੋ ਡੀਜ਼ਲ ਹੀ ਜਿਹੜਾ ਹੈਗਾ ਉਹਦੀ ਹੀ ਤਸਕਰੀ ਹੁੰਦੀ ਹੈ ਪੈਟਰੋਲ ਦੀ ਤਸਕਰੀ ਨਹੀਂ ਹੁੰਦੀ ਤੁਹਾਨੂੰ ਡੀਜ਼ਲ ਤੇ ਰੀਲੀਫ ਜ਼ਿਆਦਾ ਦੇਣਾ ਚਾਹੀਦਾ ਸੀ ਔਰ ਮੈਂ ਸਮਝਦਾ ਵੀ ਅਗਰ ਤੁਸੀਂ ਅੱਜ ਵੀ ਡਿਸੀਜਨ ਲੈ ਲਓ ਕਿ ਡੀਜ਼ਲ ਦੇ ਉੱਪਰ 10 ਰੁਪਏ ਲੀਟਰ ਤੇਲ ਘਟਾ ਕੇ ਰੱਖਿਆ ਜਾਵੇ ਤੇ ਮੈਂ ਸਮਝਦਾ ਵੀ ਪੰਜਾਬ ਦੇ ਸਾਰਿਆਂ ਵਰਗਾਂ ਨਾਲ ਖਾਸ ਤੌਰ ਤੇ ਕਿਸਾਨਾਂ ਨਾਲ ਔਰ ਟਰਾਂਸਪੋਰਟਰਜ਼ ਨਾਲ ਇੰਡਸਟਰੀ ਨਾਲ ਇਹਨਾਂ ਸਾਰਿਆਂ ਨਾਲ ਜਸਟੀਫਾਈ ਜਸਟੀਫਿਕੇਸ਼ਨ ਹੋ ਜਾਏਗੀ ਔਰ ਸਾਰਿਆਂ ਵਾਸਤੇ ਇਹ ਇੱਕ ਅੱਛਾ ਸਟੈਪ ਹੋਏਗਾ ਔਰ ਪੰਜਾਬ ਮੁੜ ਜਿਹੜਾ ਖੁਸ਼ਹਾਲ ਸੂਬਾ ਸੀ ਸੁਨਹਿਰਾ ਸੂਬਾ ਸੀ ਉਹ ਦੁਬਾਰਾ ਇੱਕ ਵਾਰੀ ਫਿਰ ਪੰਜਾਬ ਜਿਹੜਾ ਆ ਉਹ ਸੁਨਹਿਰਾ ਸੂਬਾ ਔਰ ਖੁਸ਼ਹਾਲ ਸੂਬਾ ਬਣ ਜਾਏਗਾ ਪਾਨੋਡ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ